ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਟਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਟਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਅਤੇ ਮੇਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਓਪਨ ਵਰਕ ਪਰਮਿਟ ਦੀ ਸਕਸੈਸ ਸਟੋਰੀਜ਼ ਦੀ ਲੜੀ ਤਹਿਤ ਅੱਜ ਫੇਰ ਦੁਆਰਾ ਲਾਈਵ ਹੋਇਆ ਜੀ, ਇੱਕ ਹੋਰ ਓਪਨ ਵਰਕ ਪਰਮਿਟ ਦੀ ਸਕਸੈਸ ਸਟੋਰੀ ਲੈ ਕੇ। ਰੈਗੂਲਰ ਰੂਟੀਨ ਦੇ ਵਿੱਚ ਓਪਨ ਵਰਕ ਪਰਮਿਟ ਅਪਲਾਈ ਕਰ ਰਹੇ ਹਾਂ ਜੀ, ਰੈਗੂਲਰ ਰੂਟੀਨ ਦੇ ਵਿੱਚ ਹੀ ਕੇਸ ਡਨ ਹੋ ਕੇ, ਵੀਜ਼ਾਸ ਡਨ ਹੋ ਕੇ ਮੈਨੂੰ ਮਿਲ ਰਹੇ ਨੇ। ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਥਰੂ, ਸਾਡੀ ਕੰਪਨੀ ਥਰੂ, ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿਸੇ ਯੰਗਸਟਰ ਦਾ, ਕਿਸੇ ਨੌਜਵਾਨ ਦਾ ਸੁਪਨਾ ਪੂਰਾ ਹੁੰਦਾ। ਕੈਨੇਡੀਅਨ ਗੌਰਮੈਂਟ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਉਹਨਾਂ ਨੇ ਪ੍ਰੋਗਰਾਮ ਚਲਾਇਆ ਤਾਂ ਜੋ ਜਿਹੜੇ ਬੱਚੇ ਵਿਆਹ ਕਰਾ ਕੇ ਕੈਨੇਡਾ ਪਹੁੰਚੇ ਨੇ, ਖਾਸ ਕਰਕੇ ਬੱਚੀਆਂ ਜੋ ਉੱਥੇ ਪੜ੍ਹ ਰਹੀਆਂ ਨੇ, ਇਕੱਲਿਆਂ ਦਾ ਜੀਵਨ ਨਿਰਵਾਹ ਕਰਨਾ ਬਹੁਤ ਔਖਾ, ਉਹਨਾਂ ਦੇ ਸਪਾਊਸ ਨੂੰ ਉਹਨਾਂ ਦੀ ਇਮੋਸ਼ਨਲ, ਸੋਸ਼ਲ ਐਂਡ ਫਾਈਨੈਂਸ਼ੀਅਲ ਹੈਲਪ ਦੇ ਲਈ ਜੋ ਇਹ ਪ੍ਰੋਸੈਸ ਚਲਾਇਆ ਗਿਆ ਹੈ, ਬੜਾ ਹੀ ਕਾਮਯਾਬੀ ਨਾਲ ਸਾਡੀ ਫਰਮ ਅੱਗੇ ਤੋਰ ਰਹੀ ਆ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪ੍ਰੋਸੈਸ ਅੱਜ ਚੱਲ ਰਿਹਾ ਆ। ਜਿਹੜੇ ਜਿਹੜੇ ਬੱਚੇ, ਜਿਹੜੇ ਜਿਹੜੀ ਬੱਚੀਆਂ ਇਹ ਸੁਣ ਰਹੇ ਨੇ, ਕੈਨੇਡਾ ਪੜ੍ਹ ਰਹੇ ਨੇ, ਜੇ ਉਹਨਾਂ ਦੇ ਸਪਾਊਸ ਇੰਡੀਆ ਨੇ, ਉਹ ਆ ਕੇ ਮੈਨੂੰ ਮਿਲ ਸਕਦੇ ਨੇ, ਕਿਉਂਕਿ ਇਹ ਪ੍ਰੋਸੈਸ ਬੜਾ ਹੀ ਸ਼ਾਨਦਾਰ ਪ੍ਰੋਸੈਸ ਆ। ਕਿਸੇ ਬੱਚੇ ਨੂੰ ਡਾਇਰੈਕਟ ਇੰਡੀਆ ਤੋਂ ਓਪਨ ਵਰਕ ਪਰਮਿਟ 'ਤੇ ਕੈਨੇਡਾ ਜਾਣ ਦਾ ਮੌਕਾ ਮਿਲ ਜਾਣਾ, ਉੱਥੇ ਜਾ ਕੇ ਵਧੀਆ ਤਰੀਕੇ ਨਾਲ ਕੰਮ ਕਰਕੇ ਤੁਹਾਡੀ ਹੈਲਪ ਕਰੇ ਤਾਂ ਜੋ ਤੁਸੀਂ ਪੜ੍ਹ ਸਕੋ, ਆਪਦੀ ਡਿਗਰੀ, ਆਪਦੇ ਡਿਪਲੋਮਾਸ ਚੰਗੇ ਤਰੀਕੇ ਨਾਲ ਕਲੀਅਰ ਕਰ ਸਕੋ। ਅੱਜ ਜੋ ਸਕਸੈਸ ਸਟੋਰੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਜਗਪ੍ਰੀਤ ਸਿੰਘ ਨੇ 5 ਗਰਾਈ ਕਲਾਂ ਤੋਂ ਮੋਗੇ ਜ਼ਿਲ੍ਹੇ ਦਾ ਪਿੰਡ ਆ, ਮਾਰਚ ਦੇ ਵਿੱਚ ਫਾਈਲ ਅਪਲਾਈ ਕੀਤੀ ਸੀ ਅਤੇ ਅੱਜ ਵੀਜ਼ਾ, ਪਾਸਪੋਰਟ ਦੇ ਉੱਤੇ ਸਟੈਂਪ ਹੋ ਕੇ ਸਾਡੇ ਹੱਥ ਦੇ ਵਿੱਚ ਆ। ਤਕਰੀਬਨ ਮਹੀਨਾ, ਸਵਾ ਮਹੀਨਾ ਹੀ ਲੱਗਿਆ ਫਾਈਲ ਦੇ ਵਿੱਚ, ਮੈਡੀਕਲ ਤੱਕ, ਮੈਡੀਕਲ ਦਾ ਪ੍ਰੋਸੈਸ ਹੋ ਕੇ ਵੀਜ਼ਾ ਡਨ ਹੋਣ ਤੱਕ ਦਾ। ਐਂਡ ਜੋ ਸਾਡੇ ਨਾਲ ਕਿਹੋ ਜਿਹਾ ਸਫ਼ਰ ਰਿਹਾ ਜਗਪ੍ਰੀਤ ਹੋਣਾ ਦਾ, ਉਹ ਆਪਦੀ ਜ਼ੁਬਾਨੀ ਦੱਸਣਗੇ। ਜਗਪ੍ਰੀਤ ਜੀ, ਕਿਵੇਂ ਪਤਾ ਲੱਗਿਆ ਸਾਡੀ ਫਰਮ ਬਾਰੇ ਤੁਹਾਨੂੰ? ਹਾਂਜੀ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਜਗਪ੍ਰੀਤ ਸਿੰਘ, ਮੈਂ 5 ਰਿੰਗ ਖੁਰਦ ਤੋਂ ਬਿਲੋਂਗ ਕਰਦਾ, ਡਿਸਟ੍ਰਿਕਟ ਮੋਗਾ। ਮੈਨੂੰ ਪਤਾ ਲੱਗਾ, ਮੇਰੀ ਵਾਈਫ ਨੇ ਇੱਥੋਂ, ਉਹਨਾਂ ਦੇ ਮਾਂ ਪਿਓ ਨੇ ਵਿਜ਼ਟਰ ਵੀਜ਼ਾ ਲਵਾਇਆ ਸੀਗਾ। ਮੈਂ ਜਦੋਂ ਇੱਥੇ ਆਇਆ, ਮੈਨੂੰ ਪਤਾ ਲੱਗਾ ਕਿ ਓਪਨ ਵਰਕ ਪਰਮਿਟ ਵਿੱਚ ਅਪਲਾਈ ਹੁੰਦੇ ਆ। ਫਿਰ ਮੈਂ ਆਪਦੀ ਵਾਈਫ ਨਾਲ ਇੱਥੇ ਆਇਆ, ਮੈਰਿਜ ਹੋਈ ਸੀ ਜਦੋਂ। ਉਸ ਤੋਂ ਬਾਅਦ ਇੱਥੋਂ ਅਸੀਂ ਨਮਰਤਾ ਮੈਮ ਨੂੰ ਮਿਲੇ, ਉਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ, ਅਤੇ ਫਿਰ ਅਸੀਂ ਮਾਰਚ ਦੇ ਵਿੱਚ ਫਾਈਲ ਰੈਡੀ ਹੋ ਕੇ ਅਤੇ ਅਸੀਂ ਫਾਈਲ ਲਵਾਈ ਆ, ਅਤੇ ਅੱਜ ਮੇਰਾ ਵੀਜ਼ਾ ਆ ਚੁੱਕਿਆ। ਅਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇੱਥੋਂ ਦੀ ਜਿਹੜੀ ਉਹ ਕੀ ਕਹਿ ਸਕਦੀ ਆ, ਟੀਮ ਆ, ਬਹੁਤ ਵਧੀਆ ਕੰਮ ਕਰਦੀ ਆ, ਅਤੇ ਕੋਈ ਇੱਥੋਂ ਦੇ ਪੈਸੇ ਵੱਧ ਨਹੀਂ, ਨੋਰਮਲ ਫੀਸ ਆ, ਕੋਈ ਜ਼ਿਆਦਾ ਫੀਸ ਨਹੀਂ ਗਈ। ਮੈਂ ਸਾਰੇ ਹੀ ਜਿਹੜੇ ਭੈਣ ਭਰਾ ਵਰਕ ਪਰਮਿਟ ਵਾਲੇ, ਮੈਂ ਬੇਨਤੀ ਕਰਦਾ ਜਿਹਨਾਂ ਨੇ ਫਾਈਲ ਲਾਉਣੀ ਹੋਵੇ ਇੱਥੇ ਆਉਣ, ਅਤੇ ਇੱਕ ਵਾਰੀ ਜ਼ਰੂਰ ਪਤਾ ਕਰਨ ਕਿਵੇਂ। ਧੰਨਵਾਦ ਜਗਪ੍ਰੀਤ ਜੀ, ਧੰਨਵਾਦ ਤੁਹਾਡਾ, ਤੁਸੀਂ ਕਿਹਾ, ਲੋਕਾਂ ਨੂੰ ਸੁਨੇਹਾ ਦਿੱਤਾ, ਸਾਡੀ ਫਰਮ ਦੇ ਜੋ ਸਰਵਿਸਿਜ਼ ਤੁਹਾਨੂੰ ਦਿੱਤੀਆਂ ਗਈਆਂ ਉਹਦੇ ਲਈ ਤੁਸੀਂ ਸਾਨੂੰ ਐਪਰੀਸ਼ੀਏਟ ਕੀਤਾ। ਤੁਹਾਡੀ ਐਪਰੀਸ਼ੀਏਸ਼ਨ ਦੇ ਨਾਲ ਨਾਲ ਤੁਹਾਡੇ ਜੋ ਨੈਗੇਟਿਵ ਫੀਡਬੈਕਸ ਵੀ ਨੇ, ਜੋ ਤੁਸੀਂ ਸਾਨੂੰ ਕ੍ਰਿਟੀਸਾਈਜ਼ ਕਰਦੇ ਹੋ, ਸਾਡੇ ਕਿਤੇ ਸਾਡੇ ਵੱਲੋਂ ਮਿਸਟੇਕ ਕੀਤੀ ਜਾਂਦੀ ਹੈ ਜਾਂ ਕਿਸੇ ਜਗ੍ਹਾ 'ਤੇ ਸਾਡੇ ਵੱਲੋਂ ਕੁਛ ਸਹੀ ਸਰਵਿਸਿਜ਼ ਨਹੀਂ ਦਿੱਤੀਆਂ ਜਾਂਦੀਆਂ, ਤਾਂ ਉਹ ਵੀ ਸਾਡੇ ਲਈ ਬੜੀਆਂ ਸਹਾਈ ਹੁੰਦੀਆਂ ਨੇ ਤਾਂ ਜੋ ਅਸੀਂ ਇੰਪਰੂਵ ਕਰ ਸਕੀਏ ਆਪਦੇ ਆਪ ਨੂੰ ਉਸ ਪਰਟੀਕੁਲਰ ਫੈਕਟਰ ਦੇ ਵਿੱਚ, ਉਸ ਪਰਟੀਕੁਲਰ ਪਾਰਟ ਨੂੰ ਧਿਆਨ 'ਚ ਰੱਖਦੇ ਹੋਏ। ਬਾਕੀ ਮੈਂ ਦੁਬਾਰਾ ਕਹਿਣਾ ਚਾਹੁੰਦਾ, ਜਿਹੜੇ ਜਿਹੜੇ ਬੱਚੇ ਬੱਚੀਆਂ ਕੈਨੇਡਾ ਦੇ ਵਿੱਚ ਪੜ੍ਹ ਰਹੇ ਨੇ, ਆਪਦੇ ਲਾਈਫ ਪਾਰਟਨਰ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਨੇ, ਇਹ ਇਸ ਵਕਤ ਦਾ ਸਭ ਤੋਂ ਕੀ ਕਹਿੰਦੇ ਹੁੰਦੇ ਆ, ਸਭ ਤੋਂ ਟੌਪ ਲੈਵਲ ਪ੍ਰੋਗਰਾਮ ਆ ਤੁਹਾਡੇ ਸਪਾਊਸ ਵਾਸਤੇ, ਕਿ ਤੁਹਾਡੇ ਕੋਲ ਆਊਗਾ, ਰਹੂਗਾ, ਫੁੱਲ ਟਾਈਮ ਕੰਮ ਕਰਕੇ ਤੁਹਾਨੂੰ ਫਾਈਨੈਂਸ਼ੀਅਲੀ, ਇਮੋਸ਼ਨਲੀ ਸਪੋਰਟ ਕਰੂਗਾ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜੱਜ ਕਾਂ ਜੀ, ਧੰਨਵਾਦ।